ਭਾਜਪਾ ਪੂਰੇ ਬਹੁਮਤ ਨਾਲ ਸੱਤਾ ਵਿੱਚ ਆਵੇਗੀ। ਸੁਆਮੀ ਭਾਜਪਾ ਦੇ ਰਾਜ ਸਭਾ ਮੈਂਬਰ ਅਤੇ ਸੀਨੀਅਰ ਆਗੂ ਸੁਬ੍ਰਮਣਿਅਨ ਸੁਆਮੀ ਦਾ ਕਹਿਣਾ ਹੈ ਕਿ ਵਿਰੋਧੀ ਧਿਰ ਦਾ ਮਹਾਂਗਠਜੋੜ ਸੁਪਨਾ ਹੈ ਕਿ ਵਿਰੋਧੀ ਧਿਰ ਦੇ ਮਹਾਂਗਠਜੋੜ ਦਾ ਸੱਤਾ ਵਿੱਚ ਆਉਣ ਦਾ ਸੁਪਨਾ ਅਧੂਰਾ ਰਹਿ ਜਾਵੇਗਾ ਅਤੇ ਭਾਜਪਾ ਪੂਰੇ ਬਹੁਮਤ ਨਾਲ ਸੱਤਾ ਵਿੱਚ ਦੁਬਾਰਾ ਆਵੇਗੀ। ਬਾਬੂ ਨਾਇਡੂ ਯਹਾਂ ਹੈ, ਸੀ ਐੱਮ ਵੀ ਹੈ, ਸਾਰੇ ਅਪੋਜੀਸ਼ਨ ਪਾਰਟੀ ਕੇ ਨੇਤਾਓਂ ਸੇ ਮਿਲ ਰਹੇ ਹੈ ਔਰ ਕਹਾ ਹੈ ਕਿ ਅਪੋਜੀਸ਼ਨ ਯੂਨਿਟੀ ਆਏਗੀ ਔਰ ਸਰਕਾਰ ਕੋ ਮੋਦੀ ਸਰਕਾਰ ਕੋ ਬਾਹਰ ਫੇਂਕੇ। ਵੋ ਤੋ ਸਵਪਨ ਕਰ ਦੇਖ ਸਕਤੇ ਹੈ, ਵੋ ਤੋ ਉਹ ਅਫਸਰਵਾਦੀ ਹੈ, ਕਭੀ ਇਧਰ ਕਭੀ ਉਧਰ, ਔਰ ਭ੍ਰਿਸ਼ਟਾਚਾਰ ਬਹੁਤ ਹੋਇਆ ਹੈ ਆਂਧਰਾ ਮੇਂ। ਮੈਂ ਸਮਝਤਾ ਹੂੰ ਕਿ ਹਮੇਂ ਮੁਝੇ ਤੋ ਲਗਤਾ ਹੈ ਕਿ ਬੀਜੇਪੀ ਕੋ ਨਿਸ਼ਚਿਤ ਮੈਜੋਰਿਟੀ ਮਿਲੇਗੀ, ਕਿਉਂਕਿ ਕੋਈ ਵਿਕਲਪ ਹੀ ਨਹੀਂ ਹੈ। ਇੱਕ ਬਾਤ ਦੂਸਰਾ ਹੈ ਕਿ ਕੁਛ ਵੀ ਹੋ, ਨਰਿੰਦਰ ਮੋਦੀ ਕੋ ਆਜ ਵੀ ਲੋਕ ਮਾਨਤੇ ਹੈ, ਔਰ ਖਾਸ ਤੌਰ ਪਰ ਜੋ ਗਰੀਬ ਇਲਾਕਾ ਮੇਂ ਜਹਾਂ ਉਨ੍ਹੋਂਨੇ ਉਨਕੀ ਜੋ ਪਰਿਯੋਜਨਾ ਹੈ ਜੈਸੇ ਉਜਵਾਲਾ ਐਸੇ ਚੀਜ਼ੋਂ ਸੇ ਬਹੁਤ ਪ੍ਰਭਾਵਿਤ ਕੀਆ ਹੈ। ਤੀਸਰਾ ਹੈ ਮੁਸਲਿਮ ਵੋਟ ਮੇਂ ਫੂਟ ਆਈ ਹੈ, ਕਿਉਂਕਿ ਮਹਿਲਾ ਅਬ ਕਹਤੇ ਹੈ ਕਿ ਹਮਾਰਾ ਭਵਿਸ਼ਯ ਤੋ ਬੀਜੇਪੀ ਸੇ ਹੈ। ਤੋ ਇਸ ਪ੍ਰਕਾਰ ਸੇ ਕੁਲ ਮਿਲਾ ਕਰ ਹਮਾਰੀ ਸਰਕਾਰ ਬਣਨੇ ਵਾਲੀ ਹੈ, ਤੋ ਇਹ ਸਵਪਨ ਲੇਕਰ ਬੈਠੇ ਰਹੇ, ਪਰੰਤੂ ਆਖਿਰ ਮੇਂ ਮੁਝੇ ਨਹੀਂ ਲਗਤਾ ਮਹਾਗਠਬੰਧਨ ਆਏਗਾ।